ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਨਾਰੇ ਨਾਲ ਮੈਂ ਅਮੈਰੀਕਾ ਸਟੇਟ ਦੇ ਮੈਂਬਰ ਸਾਹਿਬਾਨਾ ਅਤੇ ਜਨਰਲ ਸਕੱਤਰੀ ਨੂੰ ਰਿਕੁਐਸਟ ਕਰਦਾ ਕਿ ਅਫਗਾਨਿਸਤਾਨ ਦੀ ਸੰਗਤਾਂ ਦੀ ਮਦਦ ਕਰੇ। ਅਫਗਾਨਿਸਤਾਨ ਦੀ ਸੰਗਤਾਂ ਬੜੀ ਬੈਡ ਸਿਚੁਏਸ਼ਨ ਵਿੱਚ ਹਨ। ਅਫਗਾਨਿਸਤਾਨ ਦੀ ਸੰਗਤ ਬੜੀ ਬੁਰੀ ਹਾਲਾਤ ਕੱਟ ਰਹੇ ਨੇ। ਅੱਜ ਕੁਛ ਦਿਨਾਂ ਤੋਂ ਬੜੇ ਸਖ਼ਤ ਮਾੜੀ ਹਾਲਾਤ ਕੱਟ ਰਹੇ ਨੇ ਅਤੇ ਸਾਰੀ ਦੁਨੀਆ ਨੂੰ ਪਤਾ ਹੈ ਕਿ ਦੋ ਤਿੰਨ ਦਿਨ ਪਹਿਲੇ ਇੱਕ ਬੰਬ ਧਮਾਕੇ ਵਿੱਚ ਅਤੇ ਨਾਲ ਕੁਛ ਦਹਿਸ਼ਤਗਰਦੀ ਹਮਲੇ ਵਿੱਚ ਅਫਗਾਨਿਸਤਾਨ ਵਿੱਚ 25 ਸਿੰਘਾਂ ਸਿੰਘਣੀਆਂ ਅਤੇ ਛੋਟੇ ਬੱਚਿਆਂ ਦੀ ਸ਼ਹਾਦਤ ਹੋ ਗਈ। ਉਸ ਤੋਂ ਬਾਅਦ ਵੀ ਕਈ ਹਮਲੇ ਹੋ ਗਏ ਮਗਰ ਹੋਰ ਕਿਸੇ ਸਿੱਖ ਨੂੰ ਨੁਕਸਾਨ ਨਹੀਂ ਪਹੁੰਚਿਆ ਅਤੇ ਸਿਕਿਉਰਿਟੀ ਪ੍ਰੋਵਾਈਜ਼ ਹੈ ਫਿਲਹਾਲ ਆਪਣੇ ਘਰਾਂ ਵਿੱਚ ਲੋਕ ਹੋਣ। ਸਿੱਖਾਂ ਕਿੱਥੇ ਘੁੰਮ ਫਿਰ ਨਹੀਂ ਸਕਦੇ ਨੇ। ਮੈਂ ਨਿਮਰਤਾ ਸਭ ਬੇਨਤੀ ਕਰਦਾ ਯੂਨਾਈਟਿਡ ਸਿੱਖਾਂ ਕੋਲੋਂ ਕਿ ਅਫਗਾਨਿਸਤਾਨ ਦੀ ਪੂਰੀ ਤਰ੍ਹਾਂ ਅਫਗਾਨਿਸਤਾਨ ਦੀ ਸਿੱਖ ਹਿੰਦੂ ਦੀ ਪੂਰੀ ਤਰ੍ਹਾਂ ਮਦਦ ਕਰਨ ਤਾਂ ਕਿ ਇਸ ਬੈਡ ਸਿਚੁਏਸ਼ਨ 'ਤੇ ਨਿਕਲ ਸਕਣ। ਆਈ ਵਿਲ ਰਿਕੁਐਸਟ ਯੂ ਟੂ ਆਲ ਅਮੈਰੀਕਨ ਗੌਰਮੈਂਟ ਐਂਡ ਯੂਨਾਈਟਿਡ ਸਿੱਖ ਟੂ ਜਨਰਲ ਸਕੱਤਰੀ United Sikh and all member request you please help Afghan Hindu Sikh. He is too much the bad situation in Afghanistan. Waheguru Ji Ka Khalsa, Waheguru Ji Ki Fateh.